ਗਾਇਕ ਕਾਕੇ ਨੇ ਪਾਰ ਕੀਤੀਆਂ ਬੇਸ਼ਰਮੀ ਦੀਆਂ ਹੱਦਾਂ, ਕੁੜੀਆਂ ਲਈ ਬੋਲਿਆ ਕੁਝ ਅਜਿਹਾ ਕਿ ਹੋ ਗਿਆ ਵਾਇਰਲ। ਸੋਸ਼ਲ ਮੀਡੀਆ ਤੇ ਪੈ ਰਹੀਆਂ ਹੁਣ ਲਾਂਤਾਂ। ਜੀ ਹਾਂ, ਪੰਜਾਬੀ ਗਾਇਕ ਕਾਕਾ ਸਭ ਨੂੰ ਪਸੰਦ ਹੈ ਤੇ ਉਸਦੀ ਗਾਇਕੀ ਸਭ ਨੂੰ ਪਸੰਦ ਹੈ ਤੇ ਹਰ ਇੱਕ ਬੰਦਾ ਉਸਦੀ ਗਾਇਕੀ ਸੁਣਦਾ ਵੀ ਹੈ, ਪਰ ਆਪਣੀਆਂ ਬੇਬਾਕੀ ਗੱਲਾਂ ਦੇ ਨਾਲ ਕਈ ਵਾਰ ਉਹ ਵਿਵਾਦਾਂ ਦੇ ਵਿੱਚ ਵੀ ਆ ਜਾਂਦਾ ਹੈ ਤੇ ਸੋਸ਼ਲ ਮੀਡੀਆ ਤੇ ਉਸਦੀਆਂ ਕਈ ਕਲਿੱਪ ਜਿਹੜੀਆਂ ਨੇ ਵਾਇਰਲ ਹੁੰਦੀਆਂ ਨੇ, ਜਿਸਨਾਂ ਦੇ ਵਿੱਚ ਉਹ ਬੇਬਾਕੀ ਦੇ ਨਾਲ ਬੋਲਦਾ ਨਜ਼ਰ ਆਉਂਦਾ। ਉਸਨੇ ਕਿਹਾ ਹੈ ਕਿ ਜੋ ਮੈਂ ਅੰਦਰੋਂ ਹਾਂ ਉਹੀ ਮੈਂ ਬਾਹਰੋਂ ਹਾਂ, ਮੈਨੂੰ ਸੱਚ ਬੋਲਣ ਤੋਂ ਡਰ ਨਹੀਂ ਲੱਗਦਾ ਤੇ ਜੋ ਸੱਚ ਹੈ ਤੇ ਉਹ ਸੱਚ ਹੈ। ਕਾਕੇ ਦੀਆਂ ਕੁਝ ਗੱਲਾਂ ਸੋਸ਼ਲ ਮੀਡੀਆ ਤੇ ਅਜਿਹੀਆਂ ਵਾਇਰਲ ਹੋ ਰਹੀਆਂ ਨੇ ਜੋ ਕੁੜੀਆਂ ਦੇ ਨਾਲ ਜੁੜਦੀਆਂ ਨੇ ਤੇ ਲੋਕ ਕਾਫੀ ਜ਼ਿਆਦਾ ਕਮੈਂਟ ਕਰ ਰਹੇ ਨੇ। ਜੀ ਹਾਂ, ਪੰਜਾਬੀ ਗਾਇਕ ਕਾਕਾ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ। ਉਹ ਆਪਣੇ ਗੀਤਾਂ ਨਾਲੋਂ ਜ਼ਿਆਦਾ ਆਪਣੀ ਪਰਸਨਲ ਲਾਈਫ ਕਰਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ। ਪਰ ਕਾਕਾ ਪੰਜਾਬੀ ਇੰਡਸਟਰੀ ਦਾ ਸ਼ਾਇਦ ਇਕਲੌਤਾ ਅਜਿਹਾ ਕਲਾਕਾਰ ਹੈ ਜੋ ਔਰਤਾਂ ਦੀ ਇੱਜ਼ਤ ਨਹੀਂ ਕਰਦਾ। ਉਸਦੀ ਹਾਲੀਆ ਪੋਸਟ ਨੂੰ ਦੇਖ ਕੇ ਇਹੀ ਗੱਲ ਸਾਬਤ ਹੁੰਦੀ ਹੈ। ਜੀ ਹਾਂ, ਕਾਕੇ ਨੇ ਆਪਣੀ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਪੋਸਟ ਸ਼ੇਅਰ ਕੀਤੀ। ਦਰਅਸਲ ਉਸਦੇ ਇੱਕ ਫੈਨ ਨੇ ਉਸਨੂੰ ਸਵਾਲ ਪੁੱਛਿਆ ਸੀ ਕਿ ਉਹ ਪਿਆਰ ਬਾਰੇ ਕੀ ਸੋਚਦਾ ਹੈ, ਤਾਂ ਇਸ ਸਵਾਲ ਦੇ ਗਾਇਕ ਨੇ ਜਵਾਬ ਦਿੱਤਾ, ਮੈਂ ਪਿਆਰ ਨਹੀਂ ਕਰਦਾ, ਮੈਂ ਕੁੜੀਆਂ ਦੇ ਨਾਲ ਬਸ ਐਸ਼ ਕਰਦਾ। ਤੁਸੀਂ ਉਹ ਪੋਸਟ ਦੇਖ ਸਕਦੇ ਹੋ ਆਪਣੀ ਸਕਰੀਨ 'ਤੇ ਜੋ ਪੋਸਟ ਉਸਨੇ ਸ਼ੇਅਰ ਕੀਤੀ ਹੈ। ਉਸਦੀ ਇਹ ਪੋਸਟ ਸਾਫ ਸਾਫ ਬਿਆਨ ਕਰ ਰਹੀ ਹੈ ਕਿ ਉਹ ਔਰਤਾਂ ਬਾਰੇ ਕੀ ਸੋਚ ਰੱਖਦਾ। ਸ਼ਾਇਦ ਇਸੇ ਲਈ ਉਸਨੇ ਇਸ ਤਰ੍ਹਾਂ ਦੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਿਆ ਹੋਵੇਗਾ। ਦੱਸ ਦਈਏ ਕਿ ਗਾਇਕ ਪਹਿਲਾਂ ਵੀ ਕਈ ਇਸ ਤਰ੍ਹਾਂ ਦੀਆਂ ਇਤਰਾਜ਼ਯੋਗ ਟਿੱਪਣੀਆਂ ਮਹਿਲਾਵਾਂ ਬਾਰੇ ਕਰ ਚੁੱਕਿਆ ਹੈ। ਆਖਿਰ ਨੌਜਵਾਨ ਨਵੀਂ ਪੀੜ੍ਹੀ ਨੂੰ ਕੀ ਸਿਖਾ ਰਹੇ ਨੇ ਅਜਿਹੇ ਕਲਾਕਾਰ? ਦੱਸ ਦਈਏ ਕਿ ਕਾਕੇ ਵੱਲੋਂ ਔਰਤਾਂ ਬਾਰੇ ਇਤਰਾਜ਼ਯੋਗ ਟਿੱਪਣੀ ਕਰਨਾ ਕੋਈ ਨਵੀਂ ਗੱਲ ਨਹੀਂ ਹੈ, ਉਹ ਪਹਿਲਾਂ ਵੀ ਅਜਿਹਾ ਕਰਦਾ ਰਹਿੰਦਾ ਹੈ। ਪਰ ਅਜਿਹੇ ਕਲਾਕਾਰਾਂ ਨੂੰ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਉਹਨਾਂ ਤੋਂ ਹੀ ਨੌਜਵਾਨ ਪੀੜ੍ਹੀ ਸਿੱਖਦੀ ਹੈ, ਉਹਨਾਂ ਦੇ ਵਿਚਾਰਾਂ ਨਾਲ ਸਮਾਜ 'ਤੇ ਡੂੰਘਾ ਅਸਰ ਪੈਂਦਾ। ਤਾਂ ਅਜਿਹੇ ਹਾਲਾਤਾਂ 'ਚ ਕਲਾਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਵਾਲੇ ਵਿਚਾਰ ਸੋਸ਼ਲ ਮੀਡੀਆ 'ਤੇ ਸਾਂਝੇ ਕਰਨ, ਨਾ ਕਿ ਅਜਿਹੇ। ਹੁਣ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਭੁਚਾਲ ਮਚਿਆ ਹੋਇਆ ਹੈ ਅਤੇ ਕਾਕੇ ਨੂੰ ਲਾਂਤਾਂ ਵੀ ਪਾਈਆਂ ਜਾ ਰਹੀਆਂ ਨੇ ਕਿ ਉਹ ਔਰਤਾਂ ਬਾਰੇ ਕਿਹੋ ਜਿਹੀ ਸੋਚ ਰੱਖਦਾ। ਪਰ ਕਾਕਾ ਪਹਿਲਾਂ ਵੀ ਕਈ ਵਾਰ ਕਲੀਅਰ ਕਰ ਚੁੱਕਿਆ ਕਿ ਉਹ ਸੱਚ ਬੋਲਦਾ। ਜੋ ਉਸਦੇ ਦਿਲ ਦੇ ਵਿੱਚ ਹੁੰਦਾ ਹੈ ਉਸਦੀ ਜ਼ੁਬਾਨ 'ਤੇ ਵੀ ਉਹੀ ਹੁੰਦਾ ਹੈ। ਜੋ ਉਸਦੇ ਦਿਮਾਗ ਦੇ ਵਿੱਚ ਚੱਲ ਰਿਹਾ ਉਹ ਸੱਚ ਬੋਲ ਕੇ ਸੋਸ਼ਲ ਮੀਡੀਆ 'ਤੇ ਉਸਨੂੰ ਪਾ ਦਿੰਦਾ। ਹੁਣ ਤੁਹਾਡਾ ਕਾਕੇ ਦੀ ਸੋਚ ਨੂੰ ਲੈ ਕੇ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ।